जिन्ना चिर आपके कानून वापस नहीं लैंदा उन्ना चिर असीं पुट्ठे नहीं मुड़दे, मर जाएंगे जां मार देंगे। एक गल आ, हुण सरकार वधी जाऊगा जे इन्हां ने साडा सिद्ध करना, करदे नहीं फिर देख लैण। चल भाई, अच्छा बाबा बंदा सिंह बहादुर ने जिहड़ी आ खून डोल के जमीनां लईआं सी, हुण फिर दुबारा जमीनां बचाउण लई खून डोलना पैणा, डोलना पैणा जी, खून डोलना पैणा जी दुबारे। तैयार हो तुसीं? तैयार मैं तैयार, प्रचार आ नहीं, चाहे हुण ही बिंदक नूं मरदे हुण मर जाईए। ठीक है जी, ਪਿੰਡ ਵੀ ਮਰਨਾ ਹੀ ਆ, ਉਰੇ ਵੀ ਮਰਨਾ ਹੀ ਹੈ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮੱਖਣ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਮੋਦੀ ਨੂੰ ਜੀ? ਅਸੀਂ ਤਾਂ ਮੋਦੀ ਨੂੰ ਐਂ ਕਹਿ ਰਹੇ ਹਾਂ ਵੀ ਇਹ ਸਾਰੇ ਕਾਨੂੰਨ ਆਪਦੇ ਵਾਪਸ ਲੈ ਲਏ, ਜ਼ਿਮੀਂਦਾਰ ਖੁਸ਼ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਣ ਜੀ। ਠੀਕ ਆ ਨਾ ਜੀ, ਇੱਥੇ ਹੁਣ ਸਰਦੀ ਹੈ, ਪਾਲਾ ਪੈਂਦਾ, ਕਿਸੇ 'ਤੇ ਰਜਾਈ ਹੈਗੀ ਹੈ, ਕਿਸੇ 'ਤੇ ਨਹੀਂ ਹੈਗੀ, ਭੁੰਜੇ ਪੈਂਦੇ ਆ ਜੀ। ਬੁੜੀਆਂ 80-80 ਸਾਲ ਦੀਆਂ, ਬੱਚੇ ਬਹੁਤ ਔਖੇ ਨੇ ਜੀ। ਆਪਦਾ ਮੋਦੀ ਕਾਨੂੰਨ ਵਾਪਸ ਲੈ ਲਏ, ਅਸੀਂ ਮੋਦੀ ਨੂੰ ਵਾਰ ਵਾਰ ਕਹਿੰਦੇ ਹਾਂ ਅਤੇ ਸਭ ਨੂੰ ਖੁਸ਼ ਕਰਕੇ ਤੋਰੇ ਜੀ। ਹਾਂਜੀ, ਬਾਬਾ ਜੀ ਮੇਜਰ ਸਿੰਘ ਆ ਜੀ, ਮੇਰਾ ਨਾਮ ਪਿੰਡ ਤੋਂ ਆਇਆ, ਧਨੌਲੇ ਪਿੰਡ ਤੋਂ ਆਇਆ, ਗੋਬਿੰਦਪੁਰਾ ਕੋਠਿਆਂ 'ਚੋਂ ਜੀ। ਮੇਰੇ ਘਰ ਦੇ ਕਹਿਣ ਲੱਗੇ ਵੀ ਜੇ ਤੂੰ ਉੱਥੇ ਸ਼ਹੀਦ ਹੋ ਜਾਏ ਕੋਈ ਗੱਲ ਨਹੀਂ, ਹੋ ਜਾ ਨਹੀਂ ਮੈਂ ਜਾਂਦੀ ਹਾਂ। ਅੱਛਾ ਜੀ, ਮੈਂ ਕਿਹਾ ਵੀ ਆਪਣੀਆਂ ਧਾਰਾਂ ਕੌਣ ਚੋਊ ਜਦੋਂ ਮਾਈ ਭਾਗੋ ਵਾਲੀ ਗੱਲ ਸੀ? ਹਾਂ, ਉਹ ਮੈਂ ਉਹਨੂੰ ਕਿਹਾ ਵੀ ਮੱਝਾਂ ਕੌਣ ਚੋਊ, ਉਹ ਕਹਿੰਦੀ ਮੱਝਾਂ ਕਿਸੇ ਤੋਂ ਚੁਆ ਲਈ, ਮੈਨੂੰ ਜਾਣ ਦੇ। ਮੈਨੂੰ ਜੀ 24-25 ਤਰੀਕ ਹੋ ਗਈ ਉਦੋਂ ਦਾ ਹੈਗਾ, ਰੇਹ ਵੀ ਕਟਾਉਣਾ ਸੀ, ਮੈਂ ਕਟਾ ਕੇ ਵਾਪਸ ਹੋ ਗਿਆ। ਹੁਣ ਉਹ ਕਹਿੰਦੀਆਂ ਮੈਂ ਆ ਰਹੀ ਹਾਂ। ਅੱਛਾ ਜੀ, ਮੇਰਾ ਬੇਟਾ ਇਕੱਲਾ ਕਹਿੰਦਾ ਮੈਂ ਜਾ ਰਿਹਾ। ਮੈਨੂੰ ਮੇਰੇ ਕਹਿਣ ਲੱਗੇ ਮਿੱਤਰ ਦੋਸਤ ਵੀ ਗੱਡੀ ਦੇ ਵਿੱਚ ਲੱਦ ਲੈ, ਟੈਂਟ ਦੇ ਵਿੱਚ ਮੱਝਾਂ ਲੱਦ ਲੈ, ਖੇਤੀ ਅਸੀਂ ਤੇਰੀ ਪਾਲ ਦਿਆਂਗੇ, ਮੱਝਾਂ ਉੱਥੇ ਚੋ ਕੇ ਲੰਗਰ 'ਚ ਦੁੱਧ ਪਾਈ ਜਾਏ। ਠੀਕ ਹੈ, ਇਸ ਤਰ੍ਹਾਂ ਗੱਲ ਹੋ ਰਹੀ ਹੈ ਜੀ। ਹਾਂਜੀ, 12 ਸਾਲ ਤਾਈਂ ਤਾਂ ਮੈਂ ਜਾਂਦਾ ਨਹੀਂ, ਮੈਂ ਤਾਂ ਮਰਨਾ ਆ 12 ਸਾਲ ਤਾਈਂ। ਜਦੋਂ ਮੇਰਾ ਬੇਟਾ ਇੱਥੇ ਆਊਗਾ ਜੰਗ 'ਚ ਮੈਂ ਨਹੀਂ ਚੱਲ ਸਕਦਾ, ਮੈਂ ਮਰੂੰਗਾ ਪਹਿਲਾਂ। 12 ਸਾਲ ਤਾਈਂ ਤਾਂ ਮੈਂ ਇਕੱਲੇ ਹੀ ਬੈਠਾ ਰਹੂੰ, ਚਾਹੇ ਸੰਗਤ ਮੁੜ ਜੇ ਆ ਜੇ, ਮੁੜ ਜੇ ਵਗ ਜੇ, ਰੇਹ ਜ਼ਰੂਰ ਕਟਾਉਣਾ ਪਊ ਮੈਨੂੰ, ਪਿੱਛੇ ਸਮਾਨ ਦੇਣਾ ਪਊਗਾ, ਬੈਂਕ ਦਿੰਦੀ ਨਹੀਂ ਨਾ ਰੇਹ, ਰੱਪਾ ਨਹੀਂ ਦਿੰਦੀ, ਫਿਰ ਉਹ ਸਮਾਨ ਤਾਂ ਮੈਨੂੰ ਉੱਪੜਦਾ ਕਰਨਾ, ਮੈਂ ਜਾਣਾ ਵੀ ਆਉਣਾ ਵੀ ਉਹ ਤਾਂ ਕਰਨਾ ਪਊ ਮੈਨੂੰ। ਇਹ ਸਲੂਟ ਇਹਦੇ ਵਾਸਤੇ ਬਹੁਤ ਮਾੜੀ ਗੱਲ ਹੈ, ਜੇ ਟੱਕਰ ਜੇ ਮੈਂ ਤਾਂ ਹੁਣੀ ਵੱਢ ਦੂੰ ਗਲ ਉਹਦਾ, ਗਰੇਵਾਲ ਦਾ ਹੁਣੀ ਵੱਢ ਦੂੰ ਗਲ ਜੇ ਕਿਤੇ ਟੱਕਰ ਜੇ, ਚਾਹੇ ਮੈਨੂੰ ਮਾਰਦੇ ਚਾਹੇ ਮੈਂ ਮਾਰਦਿਆਂ। ਹਸਪਤਾਲ ਨਾਲ ਕਾਕੀ ਬਾਣੀਏ ਨੂੰ ਕਹਿੰਦੀ ਮੈਂ 4 ਕਿੱਲੇ ਦੇਊਂਗਾ, ਉਹਨੇ ਪਰ ਪਤਾ ਨਹੀਂ ਦਾਨ ਕਰਿਆ ਕਿ ਜਾਂ ਨਹੀਂ ਕਰਿਆ। ਕੋਈ ਨਗਰ ਦਾ ਕੁੱਤਾ ਹੋਵੇ ਉਹ ਵੀ ਨੀ ਵੱਢਦਾ ਹੁੰਦਾ, ਮਦਦ ਕਰਦਾ ਹੁੰਦਾ। ਮੈਨੂੰ ਤਾਂ ਇਹ ਸੋਚਿਆ ਵੀ ਖਬਰ ਉਹਨੂੰ ਰਹਿਮ ਹੀ ਆ ਜਾਵੇ ਵੀ ਮੈਂ ਦਾਨ ਕਰਦਿਆਂ ਲਾਲੇ ਨੂੰ। ਨਹੀਂ ਪਰ ਲਾਲੇ ਨੂੰ ਜ਼ਮੀਨ ਦਾਨ ਕਰਨ ਨਾਲ ਜਿਹੜਾ ਕਿਸਾਨੀ ਮਸਲਾ ਉਹ ਨਹੀਂ ਨਾ ਹੱਲ ਹੁੰਦਾ ਜੀ? ਜਦੋਂ ਇੱਕ ਚੀਜ਼ ਆਪਾਂ ਪੁੰਨ ਕਰਨ ਲੱਗ ਜਾਈਏ ਆਪਣੀ ਸੋਚ ਉੱਧਰ ਹੋ ਜਾਂਦੀ ਹੈ, ਹੋ ਸਕਦਾ ਸਾਡੇ 'ਤੇ ਰਹਿਮ ਕਰਦੇ ਵੀ ਸਾਡੇ ਪਿੰਡ ਦੇ ਬਾਲੇ ਮਰਦੇ ਨੇ ਉਹਦੇ ਰਹਿਮ ਆ ਜੇ ਸਾਨੂੰ ਬਚਾ ਸਕਦਾ, ਜੇ ਉਹਨੇ ਸਾਨੂੰ ਮਾਰਨਾ ਤਾਂ ਮਾਰ ਵੀ ਸਕਦਾ, ਉਹਦੇ ਕੋਲ ਪਾਵਰ ਜਿੰਨੀ ਕੁ ਹੈਗੀ ਉਹ ਵਰਤ ਸਕਦਾ। ਇਹੀ ਗੱਲ ਨਾ ਤੁਹਾਡੇ ਵਾਲੀ ਸੀਨੀਅਰ ਪੱਤਰਕਾਰ ਨੇ ਸਾਡੇ ਧਨੌਲੇ ਦੀ ਨਾਮਵਰ ਯਾਦਵਿੰਦਰ ਕਰਫਿਊ ਜੀ, ਉਹਨਾਂ ਨੇ ਉਹਨਾਂ ਨੂੰ ਕਹੀ ਸੀ ਇੱਕ ਇੰਟਰਵਿਊ ਦੇ ਵਿੱਚ ਕਿ ਗਰੇਵਾਲ ਜੀ ਤੁਸੀਂ ਕਰੋ ਵਿੱਚ ਗੱਲ, ਤੁਸੀਂ ਪੰਜਾਬ ਦੇ ਵੀ ਹੋ ਅਤੇ ਸੈਂਟਰ ਨਾਲ ਵੀ ਤੁਹਾਡੀ ਆ, ਪਰ ਉਹਨਾਂ ਨੇ ਗੱਲ ਦਾ ਗੋਲ ਮੋਲ ਜਵਾਬ ਦਿੱਤਾ ਸੀ, ਕੋਈ ਸਪਸ਼ਟ ਗੱਲ ਹੀ ਨਹੀਂ ਕੀਤੀ ਉਹਨੇ। ਉਹ ਗੋਲ ਮੋਲ ਵਾਲੀ ਗੱਲ ਨਹੀਂ ਜੀ, ਸਾਡਾ ਉਹ ਵੱਟਾਂ ਦਾ ਸਾਂਝੀ ਹੈ। ਮੈਂ 1-2 ਗੇਰਾਂ ਐਂ ਵੀ ਕਹਿ ਵੀ ਵਾਹਨ ਉਹਦਾ ਠੇਕੇ ਹਿੱਸੇ ਦੇ ਲਵਾਂ, ਮੈਂ ਉਹਦੇ ਵਾਹਨ ਦੇ ਵਿੱਚ ਰੂੜੀ ਦਾ ਰੇਹ ਵੀ ਪਾਵਾਂ, ਉਹਨੂੰ ਚੰਗੀ ਤਰ੍ਹਾਂ ਉਹਦੀ ਫਸਲ ਜੰਮਦੀ ਕਰਾਂ, ਉਹ ਮੇਰਾ ਗਵਾਂਢੀ ਹੈ, ਮੇਰਾ ਨੇੜਤੇ ਦਾ, ਮੈਨੂੰ ਹੌਸਲਾ ਵੀ ਮੋਦੀ ਦੇ ਨੇੜੇ ਬੈਠਾ, ਕਿੱਥੇ ਉਹ ਜੇ ਸਾਡੇ ਦੇ ਖਿਲਾਫ਼ ਚੱਲੂਗਾ ਸਾਡਾ ਮਨ ਡਮਾਡੋਲ ਹੋ ਜਾਊਗਾ। ਉਹਨੂੰ ਚੰਗੀ ਸੋਚਣੀ ਚਾਹੀਦੀ ਸਾਡੇ ਖਾਤਰ ਵੀ, ਇਹ ਵੱਟਦੇ ਨੇ, ਸੀਰ ਨੇ, ਸਾਂਝੀ ਨੇ, ਉਹਦੀ ਮਾਈ ਨਾਲ ਪ੍ਰੇਮ। ਧਨੌਲੇ ਹੁਣ ਮਤਾ ਪੈ ਗਿਆ ਜੀ ਇੱਕ ਵੀ ਜਿਹੜਾ ਵੀ ਗਰੇਵਾਲ ਦੀ ਜ਼ਮੀਨ ਨੂੰ ਕੋਈ ਠੇਕੇ 'ਤੇ ਨਹੀਂ ਲਊਗਾ। ਹਾਂਜੀ, ਉੱਥੇ ਅੱਜ ਸਾਡੇ ਨੂੰ ਲੈਣ ਨਹੀਂ ਦੇਵਾਂਗੇ, ਅੱਜ ਸਾਡੇ ਪੈਰਾਂ ਦੀ ਮਿੱਟੀ ਨਿਕਲੀ ਜਾਂਦੀ ਹੈ ਵੀ ਅਸੀਂ ਕੰਮ ਵਾਲੇ ਬੰਦੇ ਹਾਂ, ਅਸੀਂ ਠੇਕੇ ਹਿੱਸੇ 'ਤੇ ਬਹੁੰਦੇ ਹਾਂ ਪਹਿਲਾਂ ਤੋਂ, ਵੀ ਜਦੋਂ ਅਗਲਾ ਸਾਨੂੰ ਠੇਕੇ ਹਿੱਸੇ 'ਤੇ ਬਣਨ ਨਹੀਂ ਦੇਊਗਾ, ਅਸੀਂ ਮੌਤ ਜ਼ਰੂਰੀ ਮੁੱਲ ਲੈਣੀ ਹੈ, ਅਸੀਂ ਕੰਮ ਕਰ ਲਾਂਗੇ, ਦਿਹਾੜੀ ਕਰ ਲਾਂਗੇ, ਹੋਰ ਵਾ ਲਾਂਗੇ, ਅਸੀਂ ਉਹਦੇ ਬਾਹਨ 'ਚ ਕਿਉਂ ਵੜਾਂਗੇ? ਸਾਨੂੰ ਡਰ ਪੈਦਾ ਹੋ ਗਿਆ ਵੀ ਜੇ ਅਸੀਂ ਉਹਦੇ ਬਾਹਨ 'ਚ ਟਰੈਕਟਰ ਲੈ ਕੇ ਜਾਵਾਂਗੇ ਕਿਸੇ ਨੇ ਗੋਲੀ ਮਾਰੀ ਮਾਰਤੇ ਆਪਾਂ ਨੂੰ, ਸਾਨੂੰ ਡਰ ਲੱਗਣ ਲੱਗ ਗਿਆ ਜੀ ਅਸੀਂ ਹਿੱਸੇ ਠੇਕੇ ਵਾਲੇ ਹਾਂ, ਉਹਦੇ ਬਾਹਨ ਤੋਂ ਤੈਅ ਵਾ, ਇੱਥੇ ਸੁਣੀ ਹੈ ਗੱਲ ਵੀ ਬੋਰਡ ਲੱਗ ਗਏ, ਪਰ ਅਸੀਂ ਗੱਲ ਨੂੰ ਡਰਨ ਲੱਗ ਗਏ ਵੀ ਆਪਾਂ ਰੌਲੇ ਵਾਲੇ ਬਾਹਨ ਵਿੱਚ ਜਾਣਾ ਨਹੀਂ।
आश्वस्त गल कर रहे हैं। यह गल जी सीधे बजुर्ग खड़े ने इधर भी खड़े ने धनौला इलाके ने जिला बरनला ने मेरा भी इलाका धनौला ही है। इन्हों का स्पष्ट कहना कि मैं 12 साल तक मैं जाता नहीं कितने जिम्मे जो 12 साल तक कानून रद्द ना हो मैं इतने ही रहूँगा। इन्हों का सारा परिवार इतने ही आह बजुर्ग गंडासा चक्की खड़े ने यह मरन मारन लिए तैयार ने आह भी बजुर्ग चढ़ती कला ने जिड़िया कौमों के बजुर्ग इन चढ़ती कला होना कौमों के नौजवान किन्नी चढ़ती कला हो गए। ये केंद्र सरकार को सोचना चाहिए आ कोई भी गलत फैसला करने तो पहला कोई भी निर्णय लैन तो पहला भी उन्होंने मत्था कौम लग्या होया नौजवानों पहला अभी मरांगे जी।